ਇਹ ਸੀਟੀ ਬਣਾਉਣ ਲਈ ਜ਼ਰੂਰਤ ਹੈ ਇੱਕ ਕੋਕ ਦੀ ਕੱਚ ਦੀ ਬੋਤਲ ਦਾ ਢੱਕਣ ਅਤੇ ਰਬੜ ਦੇ ਗੁਬਾਰੇ ਦੀ। ਜੇ ਤੁਹਾਡੇ ਕੋਲ ਕੋਈ ਫਟਿਆ ਗੁਬਾਰਾ ਨਹੀਂ ਹੈ, ਤੁਸੀਂ ਕੈਂਚੀ ਨਾਲ ਫਾੜ ਵੀ ਸਕਦੇ ਹੋ। ਗੁਬਾਰੇ ਦਾ ਨੀਚਲਾ ਹਿੱਸਾ ਸਾਡੇ ਕੰਮ ਆਵੇਗਾ। ਗੁਬਾਰੇ ਦਾ ਇੱਕ ਟੁਕੜਾ ਲਓ, ਉਸਨੂੰ ਖਿੱਚੋ ਅਤੇ ਕਰਾਊਨ ਕੈਪ ਦੇ ਮੂੰਹ 'ਤੇ ਚੜ੍ਹਾ ਦਿਓ। ਉਸਨੂੰ ਚੰਗੀ ਤਰ੍ਹਾਂ ਖਿੱਚੋ ਅਤੇ ਤੁਸੀਂ ਦੇਖੋਗੇ ਕਿ ਰਬੜ ਡੰਡੀ ਨੂੰ ਚੰਗੀ ਤਰ੍ਹਾਂ ਚੁੰਮੜ ਜਾਵੇਗੀ। ਰਬੜ ਦਾ ਵਿੱਚ ਵਾਲਾ ਸਿਰਾ ਖਿੱਚਿਆ ਹੋਵੇਗਾ ਅਤੇ ਤਣਾਅ ਵਿੱਚ ਹੋਵੇਗਾ। ਹੁਣ ਇਸਨੂੰ ਆਪਣੇ ਮੂੰਹ ਵਿੱਚ ਰੱਖੋ ਅਤੇ ਸੋਹਣੀ ਜਿਹੀ ਆਵਾਜ਼ ਕੱਢਣ ਲਈ ਇਸ ਵਿੱਚ ਫੂਕ ਮਾਰੋ।